वड्डी गिणती दे विच जिहड़ियां कि ट्रैक्टर ट्रालियां इत्थे पहुंच चुकियां ने। तुसीं देख सकदे हो किवें ट्रालियां दे विच बिस्तरे लगे होए ने। राशन दे आटा हो गया, चौल हो गए, रोटियां दा प्रबंध, गोभी सब्जी मटर तुसीं देख सकदे हो इधर। ਤੇਰੀ ਸਾਹਿਬ ਉੱਥੇ ਹੀ ਉੱਠਾਂਗੇ, ਉਦਾਂ ਨਹੀਂ ਉੱਠਦੇ ਜੀ। ਸਾਰੀਆਂ ਮਨਾ ਕੇ ਫਿਰ ਸਰਤਾਂ ਫਿਰ ਘਰ ਜਾਵਾਂਗੇ। ਮੋਹਾਲੀ ਕਿਸਾਨੀ ਮੋਰਚੇ ਤੇ ਮੌਜੂਦ ਆ। ਦਿੱਲੀ ਦੇ ਵਾਂਗ ਮੋਹਾਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿ ਟਰੈਕਟਰ ਟਰਾਲੀਆਂ ਇੱਥੇ ਪਹੁੰਚ ਚੁੱਕੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿਵੇਂ ਟਰਾਲੀਆਂ ਦੇ ਵਿੱਚ ਬਿਸਤਰੇ ਲੱਗੇ ਹੋਏ ਨੇ। ਆਪਣੇ ਕੱਪੜਿਆਂ ਦਾ ਪ੍ਰਬੰਧ ਜਿਹੜਾ ਕਿ ਕਿਸਾਨਾਂ ਵੱਲੋਂ ਪੂਰਾ ਕੀਤਾ ਗਿਆ ਆ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਸ਼ਨ ਆ, ਜਿਹੜੇ ਥੈਲੇ ਭਰ ਭਰ ਕੇ ਰਾਸ਼ਨ ਦੇ ਆਟਾ ਹੋ ਗਿਆ, ਚੌਲ ਹੋ ਗਏ, ਰੋਟੀਆਂ ਦਾ ਪ੍ਰਬੰਧ, ਗੋਭੀ ਸਬਜ਼ੀ ਮਟਰ ਤੁਸੀਂ ਦੇਖ ਸਕਦੇ ਹੋ ਇੱਧਰ। ਕਿਵੇਂ ਜਿਹੜੇ ਕਿ ਬਜ਼ੁਰਗ ਮਿਹਨਤਾਂ ਕਰਦੇ ਪਏ ਨੇ, ਜਿਹੜੇ ਕਿ ਲੰਗਰ ਬਣਾਉਣ ਦੀ ਤਿਆਰੀ ਕਰ ਰਹੇ ਨੇ, ਮਟਰ ਕੱਢਦੇ ਪਏ ਨੇ। ਉਦਣ ਵੀ ਜਿਹੜੇ ਕਿ ਬਜ਼ੁਰਗ ਆਪਣੀ ਕਿਹੜੀ ਰਸਦ ਖਾਣ ਪੀਣ ਦਾ ਜਿਹੜਾ ਕਿ ਸਮਾਨ ਤਿਆਰ ਕਰਦੇ ਪਏ ਨੇ, ਇੱਧਰ ਬਾਪੂ ਜੀ ਹੁਣੀ ਵੀ ਲੰਗਰ ਬਣਾਉਂਦੇ ਪਏ ਨੇ, ਮਟਰ ਕੱਢਦੇ ਪਏ ਨੇ। ਗੱਲਬਾਤ ਕਰਾਂਗੇ। ਬਾਪੂ ਜੀ ਕਿੱਥੋਂ ਆਏ ਹੋ ਜੀ? ਜਮਾਤਪੁਰ ਹੋ? ਜਮਾਤਪੁਰ ਹੋ? ਤਰਨ ਤਾਰਨ। ਕਿੱਥੋਂ ਆਏ ਜੀ? ਤਰਨ ਤਾਰਨ ਬਲਾਕ। ਪਹਿਲਾਂ ਦਿੱਲੀ ਮੋਰਚੇ ਤੇ ਵੀ ਇੱਦਾਂ ਹੀ ਡਟੇ ਰਹੇ ਜੀ? ਹਾਂਜੀ, ਇੱਦਾਂ ਹੀ ਡਟੇ ਰਹੇ ਜੀ ਮਹਾਰਾਜ। ਹਾਂਜੀ, ਫਿਰ ਐਤਕੀ ਸਰਕਾਰ ਨੂੰ ਮਨਾ ਕੇ ਮੰਗਾਂ ਮਨਾ ਕੇ ਤਾਂ ਹੀ ਉੱਠੋਗੇ? ਫਿਰ ਹੀ ਸਾਹਿਬ ਉੱਥੇ ਹੀ ਉੱਠਾਂਗੇ, ਉੱਦਾਂ ਨਹੀਂ ਉੱਠਦੇ ਜੀ। ਸਾਰੀਆਂ ਮਨਾ ਕੇ ਫਿਰ ਸਰਤਾਂ ਫਿਰ ਘਰ ਜਾਵਾਂਗੇ, ਨਹੀਂ ਤਾਂ ਅਸੀਂ ਨਹੀਂ ਜਾ ਸਕਦੇ। ਖਾਣ ਪੀਣ ਦਾ ਪ੍ਰਬੰਧ ਜਿਹੜਾ ਪੂਰਾ ਕਰਕੇ? ਹਾਂਜੀ ਹਾਂਜੀ ਸਾਹਿਬ ਜੀ, ਸਭ ਦਾ ਪ੍ਰਬੰਧ, ਰਾਸ਼ਨ ਪਾਣੀ ਜੋ ਵੀ ਹੈ ਸਾਰਾ ਲੈ ਕੇ ਆਏ ਅਸੀਂ ਜੀ। ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਜੀ? ਅਸੀਂ ਤਰਨ ਤਾਰਨ ਤੋਂ। ਕਿਵੇਂ ਦੇਖਦੇ ਹੋ ਸਰਕਾਰਾਂ, ਕਿਉਂਕਿ ਆਏ ਸਾਲ ਹੀ ਕਿਸਾਨਾਂ ਨੂੰ ਧਰਨੇ ਲਾਉਣੇ ਪੈਂਦੇ ਆ, ਸਰਕਾਰਾਂ ਤੇ ਕਹਿੰਦੇ ਕੰਨੀ ਜੂ ਨਹੀਂ ਸਰਕਦੀ? ਐਕਚੁਲੀ ਇਹ ਜਿਹੜੀਆਂ ਸਰਕਾਰਾਂ ਨੇ, ਅਸਲ 'ਚ ਜਿਹੜੀ ਕਾਰਪੋਰੇਟ ਪੱਖੀ ਸਰਕਾਰਾਂ ਨੇ, ਇਹਨਾਂ ਦਾ ਆਪਣੇ ਲੋਕਾਂ ਦਾ ਜਿਹੜੀ ਜਨ ਸਮੂਹ ਆ ਉਹਨਾਂ ਦੀਆਂ ਮੰਗਾਂ ਮਸਲਿਆਂ ਪ੍ਰਤੀ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਚਿੰਤਾ ਨਹੀਂ। ਇਹ ਜਿਹੜੇ ਚੰਦ ਮੁੱਠੀ ਭਰ ਸਰਮਾਏਦਾਰ ਆ, ਕਾਰਪੋਰੇਟ, ਸਿਰਫ ਉਹਨਾਂ ਦਾ ਪੱਖ ਪੂਰਦੀ ਇਹ ਸਭ ਕੁਝ ਕਰਦੇ, ਇਸ ਕਰਕੇ ਲੋਕਾਂ ਦੀਆਂ ਮੰਗਾਂ ਦੀ ਅਣਦੇਖੀ ਕਰਦੀ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿ ਰੋਟੀ ਸਬਜ਼ੀ ਦਾ ਜਿਹੜਾ ਕਿ ਪ੍ਰਬੰਧ ਕਰਦੇ ਪਏ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਕਿ ਟਰੈਕਟਰ ਟਰਾਲੀਆਂ ਇੱਥੇ ਪਹੁੰਚ ਚੁੱਕੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿਵੇਂ ਟਰਾਲੀਆਂ ਦੇ ਵਿੱਚ ਬਿਸਤਰੇ ਲੱਗੇ ਹੋਏ ਨੇ। ਰਾਸ਼ਨ ਦੇ ਆਟਾ ਹੋ ਗਿਆ, ਚੌਲ ਹੋ ਗਏ, ਰੋਟੀਆਂ ਦਾ ਪ੍ਰਬੰਧ, ਗੋਭੀ ਸਬਜ਼ੀ ਮਟਰ ਤੁਸੀਂ ਦੇਖ ਸਕਦੇ ਹੋ ਇੱਧਰ। ਤੇਰੀ ਸਾਹਿਬ ਉੱਥੇ ਹੀ ਉੱਠਾਂਗੇ, ਉੱਦਾਂ ਨਹੀਂ ਉੱਠਦੇ ਜੀ। ਸਾਰੀਆਂ ਮਨਾ ਕੇ ਫਿਰ ਸਰਤਾਂ ਫਿਰ ਘਰ ਜਾਵਾਂਗੇ।